हमें पैसा अलाउंस कर रहे थे, वाणी का सहारा ले के झूठे बाबे भी वाणी बोल के अपने डेरे चलाते हैं। असी हर चीज सौखी लगने ਤੁਹਾਨੂੰ ਸਾਨੂੰ ਗੁਰੂ ਵੀ ਸੌਖਾ ਚਾਹੀਦਾ, ਜਗਤ ਨੂੰ ਗੁਰੂ ਵੀ ਸੌਖਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਔਖਾ ਕੰਮ ਹੈ, ਬੱਚਿਆਂ ਦਾ ਕੰਮ ਨਹੀਂ, ਕਿਉਂਕਿ ਸੱਚ ਨੇ ਨਾ, ਸੱਚ ਬੜਾ ਔਖਾ, ਇਹ ਸੱਚ ਸਭਨਾ ਕਹਾਣਾ ਸੁਣਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਰੱਬ ਨੂੰ ਮੰਨਣਾ। ਦੁਨੀਆ ਦਾ ਗੁਰੂ ਸਰੀਰ ਲੈਂਦਾ, ਧਾਰਨ ਕੀਤਾ ਹੋਇਆ, ਲਿਬਾਸ ਪਾਇਆ, ਉਹਨੇ ਬੋਲਦਾ ਹੈ, ਦੇਖਦਾ ਹੈ, ਚੱਲਦਾ ਹੈ, ਕੋਈ 200 ਤਰੇ ਉਹਨੂੰ ਦੂਜੀ ਤਰ੍ਹਾਂ ਡੀਲ ਕਰਦਾ, ਕੋਈ 1000 ਤਰੇ ਉਹਨੂੰ ਹੋਰ ਚੰਗਾ, ਕੋਈ 1 ਲੱਖ ਤਰੇ ਹੋਰ ਚੰਗਾ, ਜਿਹਦੀ ਵੱਡੀ ਕਾਰ ਉਹਨੂੰ ਉਹਨਾਂ ਸਨਮਾਨ, ਜਿਹਦੀ ਛੋਟੀ ਕਾਰ ਉਹਨਾਂ ਸਨਮਾਨ। ਇਹ ਪੂਰੇ ਗੁਰੂ ਨੇ ਇੱਥੇ ਰੁਪਈਆ ਵੀ ਕਰੇ ਤਾਂ ਇਹਨਾਂ ਨੇ ਨਹੀਂ ਕਹਿਣਾ 10 ਰੁਪਈਏ ਕਰੇ ਤਾਂ ਨਹੀਂ ਕਹਿਣਾ, ਤੇ 1 ਲੱਖ ਰੁਪਇਆ ਕਰੇ ਤਾਂ ਵੀ ਨਹੀਂ ਕਹਿਣਾ। ਸੱਚਾਈ ਗੱਲ ਕਹਿੰਦੇ ਆ, ਉਹਨੂੰ ਰੁਪਈਆਂ ਦਾ ਪਤਾ ਹੀ ਨਹੀਂ, ਰੁਪਈਆਂ ਨੂੰ ਕਬੂਲ ਹੀ ਨਹੀਂ ਕਰਦਾ। ਇਹ ਤੇ ਕਹਿੰਦਾ ਭਾਵੇਂ ਰੁਪਈਆ ਲਿਆ ਤੇ ਭਾਵੇਂ 1 ਲੱਖ ਲਿਆ, ਲੈ ਕੇ ਕਰਦਾ ਮੈਨੂੰ ਤੇਰੇ ਕਰੋੜਾਂ ਦੀ ਲੋੜ ਨਹੀਂ। ਜੇ ਤੂੰ ਕਿਸੇ ਦਾ ਠੱਗ ਕੇ ਲੈਣਾ, ਜੇ ਤੂੰ ਕਿਸੇ ਦਾ ਖੋ ਕੇ ਲੈਣਾ, ਗਰੀਬ ਮਾਰੀ ਕਰਕੇ ਲੈਣਾ, ਇਹ ਗੁਰੂ ਨੇ ਕਹਿਣਾ ਮੈਂ ਤੈਨੂੰ ਅਸੀਸ ਨਹੀਂ ਦੇਣਾ। ਤੂੰ ਪ੍ਰਬੰਧਕਾਂ ਨੂੰ ਖੁਸ਼ ਕਰ ਲੈ, ਰਾਗੀ ਸਿੰਘਾਂ ਨੂੰ ਕਰ ਲੈ, ਦੀਵਾਰਾਂ 'ਤੇ ਆਪਣੇ ਨਾਮ ਲਿਖਾ ਲੈ, ਪਰ ਗੁਰੂ ਦੇ ਹਿਰਦੇ ਤੱਕ ਨਹੀਂ ਪਹੁੰਚਣਗੇ ਤੇਰੇ 2 ਨੰਬਰ। ਗੁਰੂ ਗ੍ਰੰਥ ਸਾਹਿਬ ਸੱਚ ਹੈ, ਮੈਂ ਹੋਵਾਂ, ਤੁਸੀਂ ਹੋ, ਜੇ ਸਾਡੇ ਕੋਲ ਸੱਚ ਹੈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੈ ਨੇ, ਜੇ ਸਾਡੇ ਕੋਲ ਸੱਚ ਨਹੀਂ ਮੈਨੂੰ ਕਹਿ ਲੈਣ ਦੇਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ। ਪਰ ਠੀਕ ਹੈ ਆਖੋ ਬਾਈ, ਜੇ ਸਾਡੇ ਕੋਲ ਸੱਚ ਨਹੀਂ ਤੇ ਮੈਨੂੰ ਕਹਿ ਲੈਣ ਦੇਣਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਨਹੀਂ ਹੈ, ਤਾਂ ਹੀ ਸਾਨੂੰ ਮਾਰ ਪੈਂਦੀ, ਝੂਠ ਨੂੰ ਮਾਰ ਪੈਂਦੀ ਹੈ, ਸੱਚ ਨੂੰ ਕਦੀ ਨਹੀਂ ਪੈਂਦੀ। ਸੱਚ ਤੇ ਵਾਹਿਗੁਰੂ ਹੈ, ਆਪ ਵਾਹਿਗੁਰੂ ਹੈ, ਆਦਿ ਸੱਚ ਝੂਠ ਨੇ ਮਰਨਾ। ਜੋ ਝੂਠ ਹੈ, ਝੂਠ 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 ਦੁਨੀ ਗਮਾਨ ਖੂਬ 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 ਤੇ ਨਾਮ। ਸੱਚ ਨੇ ਜੀਣਾ, ਝੂਠ ਨੇ ਮਰਨਾ। ਜਿਹੜਾ ਗੁਰੂ ਸੱਚ ਨਾਲ ਜੁੜਿਆ, ਇੱਦਾਂ ਕਹਿ ਲਓ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ, ਜਿਹਦੀ ਸੁਰਤ ਜੁੜੀ ਹੈ। ਮੈਨੂੰ ਇੱਕ ਹੋਰ ਕਹਿਣਾ ਕਰ ਦੇਣਾ, ਖਾਲੀ ਸਰੀਰ ਦਾ ਜੁੜਨਾ ਨਹੀਂ ਜੀ। ਕੋਈ ਬੰਦਾ ਆ ਰਿਹਾ ਹੈ, ਬਹੁਤ ਚਿਰ ਤੋਂ ਗੁਰਦੁਆਰੇ ਆ ਰਿਹਾ, ਸ਼ਾਇਦ ਗੱਲ ਇਹ ਹਜ਼ਮ ਨਾ ਹੋਵੇ, ਪਰ ਗੱਲ ਸੁਣਿਆ ਜ਼ਰੂਰ ਨਾ ਚੰਗੀ ਲੱਗੇ ਸੜਦੇ। ਬਹੁਤ ਚਿਰ ਤੋਂ ਗੁਰਦੁਆਰੇ ਰੋਜ਼ ਸਵੇਰੇ ਸ਼ਾਮ ਆਉਂਦਾ, ਪਹਿਰਾਵਾ ਵੀ ਉਹਦਾ ਧਾਰਮਿਕ ਹੈ,
ਇਹ ਵੀ ਕਹਿ ਸਕਣਾ ਵੀ ਬਹੁਤ ਚਿਰ ਬਹਿੰਦਾ ਹੈ, ਪਰ ਜੇ ਉਹਦੇ ਜੀਵਨ ਵਿੱਚ ਸੱਚ ਅਜੇ ਪ੍ਰਵੇਸ਼ ਨਹੀਂ ਕੀਤਾ ਤੇ ਮੈਨੂੰ ਕਹਿ ਲੈਂਦੇ ਨਾ ਉਹਦਾ ਸਰੀਰ ਗੁਰੂ ਗ੍ਰੰਥ ਸਾਹਿਬ ਕੋਲ ਆਇਆ ਉਹਦਾ ਹਿਰਦਾ ਨਹੀਂ ਆਇਆ। ਜਿਹਨੇ ਲੇਖਾ ਦੇਣਾ ਹੈ ਨਾ ਧਰਮਰਾਜ ਕੋਲ, ਉਹ ਨਹੀਂ ਆਇਆ ਹੈ। ਸਰੀਰ ਨੂੰ ਤਾਂ ਸਾੜ ਦੇਣਾ, ਸਰੀਰ ਨੇ ਲੇਖਾ ਨਹੀਂ ਦੇਣਾ ਮੈਨੂੰ ਬਖਸ਼ ਦੇ। ਸੁਰਤ ਨੇ ਲੇਖਾ ਦੇਣਾ, ਸੁਰਤ ਤੇ ਆਈ ਨਹੀਂ ਗੁਰੂ ਗ੍ਰੰਥ ਸਾਹਿਬ ਕੋਲ, ਔਰ ਉਹ ਮਾਰ ਖਾ ਗਏ। ਜੇ ਸੁਰਤ ਦੇ ਭਾਂਡੇ ਵਿੱਚ ਗੁਰੂ ਸ਼ਬਦ ਪੈ ਗਿਆ ਤਾਂ ਕੋਈ ਨਹੀਂ ਮਾਰ ਸਕਦਾ। ਸਾਡੀ ਦੁਖਦਾ ਇਹ ਹੈ ਕਿ ਸਾਡੀ ਸੁਰਤ ਗੁਰਦੁਆਰੇ ਨਹੀਂ ਹੁੰਦੀ। ਗੁਰਦੁਆਰੇ ਹੋਏ ਸੋਚੀ ਪਾਏ ਸੀ, ਹੁਣ ਸੋਚੀ ਕਿਹਨੂੰ ਮਿਲਣੀ ਹੈ? ਸੁਰਤ ਨੂੰ ਮਿਲਣੀ ਹੈ ਤੇ ਸੁਰਤ ਦੇ ਨਾਲ ਸਾਰਾ ਕੰਮ ਚੱਲਦਾ। ਤੇ ਜੇ ਸੁਰਤ ਹੀ ਲੈ ਕੇ ਨਹੀਂ ਆਇਆ, ਸੁਰਤ ਵਿੱਚ ਗਿਆ ਹੀ ਕੁਛ ਨਹੀਂ, ਮੰਨਣ ਨੂੰ ਤਿਆਰ ਹੀ ਨਹੀਂ, ਕੋਈ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈ ਮਨ, ਤੇ ਇਹ ਸੱਚ ਵੱਲ ਤੁਰਨ ਨੂੰ ਤਿਆਰ ਨਹੀਂ ਹੈ, ਝੂਠ ਨੂੰ ਛੱਡਣ ਨੂੰ ਤਿਆਰ ਨਹੀਂ, ਇਹਦਾ ਮਤਲਬ ਇਹਦੇ ਅੰਦਰ ਬਾਣੀ ਜਾ ਨਹੀਂ ਰਹੀ। ਫਿਰ ਜਾਏਗੀ ਕਿਦਾਂ? ਇੱਥੇ ਸਾਵਧਾਨਤਾ ਨਾਲ ਬਾਣੀ ਨੂੰ ਗਾਉਣਾ ਪੈਣਾ। ਇਹ ਸ਼ਬਦਾਂ ਨੂੰ ਸਰਵਣੀ ਸਹੀ ਹੈ, ਰਸਨਾ ਗਾਈ ਹੈ, ਹਿਰਦੇ ਕਰੀਏ ਸੋਚ। ਹੁਣ ਦੁਨੀਆਂ ਦੇ ਜਿੰਨੇ ਗੁਰੂ ਨੇ ਨਾ ਇਹ ਕੰਮ ਨਹੀਂ ਕਹਿਣਗੇ, ਕਦੀ ਨਹੀਂ ਕਹਿਣਗੇ। ਉਹ ਕਹਿੰਦੇ ਨੇ ਤੂੰ ਬਾਈ ਤੈਨੂੰ ਦੁੱਖ ਲੱਗੇ ਨਾ ਤੂੰ ਆ ਜਾ, ਲੱਖ ਰੁਪਈਆ ਦੇ ਦੇ, 2 ਲੱਖ ਦੇ ਦੇ, ਇੱਥੇ ਲੰਗਰ ਲਾ ਦੇ, ਇੱਥੇ ਸੇਵਾ ਕਰ ਦੇ, ਮੇਰੇ ਪੈਰ ਘੁੱਟਣਾ, ਕੋਈ ਮੰਤਰ ਦੇਣਾ, ਕੋਈ ਤਵੀਜ਼ ਪਾਉਣਾ, ਕੋਈ ਧਾਗਾ ਪਾਉਣਾ, ਇਸ ਥਾਂ 'ਤੇ ਤੂੰ ਪੂਰਨਮਾਸ਼ੀ ਨੂੰ ਆ ਜਾਈ, ਇੱਥੇ ਸੰਗਰਾਮਤ ਨੂੰ ਆ ਜਾਈ, ਇੰਨਾ ਇਸ ਵਾਰ ਨੂੰ ਇਹ ਕਰਨੀ, ਇਸ ਵਾਰ ਨੂੰ ਇਸ ਕਰਨੀ, ਇੱਧਰ ਤੇਲ ਪਾ ਦੇ, ਉੱਧਰ ਨਾ ਪਾ ਦੇ, ਇਹ ਵਾਲੀ ਦਾਲ ਖਾ ਲਈ, ਇਹ ਨਾ ਖਾ ਲਈ, ਉਹਨੇ ਇੱਥੇ ਟਿਕਾਈ ਰਹਿਣਾ। ਕਿਉਂਕਿ ਜਦ ਤੱਕ ਇਹ ਅਧੂਰਾ ਰਹੇਗਾ ਤਦ ਤੱਕ ਅਧੂਰੇ ਗੁਰੂ ਨੂੰ ਪੂਜਦਾ ਰਹੇਗਾ ਤੇ ਅਧੂਰੇ ਗੁਰੂ ਦਾ ਡੇਰਾ ਚੱਲਦਾ ਰਹੇਗਾ। ਹੁਣ ਪੂਰੇ ਗੁਰੂ ਨੇ ਕਹਿਣਾ ਤੂੰ 1 ਲੱਖ ਰੁਪਇਆ ਲੈ ਆ, ਮੈਂ ਤੇਰੇ ਵੱਸ ਆਉਣ ਵਾਲਾ ਨਹੀਂ, ਤੂੰ ਤੀਰਥਾਂ ਦੇ ਘੁੰਮ, ਮੈਂ ਤੇਰੇ ਵੱਸ ਨਹੀਂ ਆਉਣਾ, ਤੂੰ ਜਿਹੜੇ ਮਰਜ਼ੀ ਕੰਮ ਕਰ ਲੈ, ਪਰ ਜੇ ਤੂੰ ਨਾਮ ਨੂੰ ਜਪ ਕੇ ਕੰਨਾਂ ਨਾਲ ਨਹੀਂ ਸੁਣਿਆ, ਹਿਰਦੇ ਚ ਨਹੀਂ ਉਤਰਿਆ, ਮੇਰੀ ਤੇਰੀ ਸਾਂਝ ਹੋਈ ਨਹੀਂ, ਮੇਰੀ ਤੇਰੀ ਸਾਂਝ ਕੋਈ ਨਹੀਂ, ਮੇਰਾ ਤੇਰਾ ਰਿਸ਼ਤਾ ਕੋਈ ਨਹੀਂ। ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ, ਤੇਰਾ ਤਾਂ ਜੀਵਨ ਤ੍ਰਿਗਾ, ਤੂੰ ਨਾਮ ਜਪੇ ਹੀ ਨਹੀਂ, ਸੁਣੇ ਹੀ ਨਹੀਂ, ਜਪੇ ਬੋਲੇ ਹੀ ਨਹੀਂ, ਕਦੀ ਕੋਸ਼ਿਸ਼ ਹੀ ਨਹੀਂ ਕੀਤੀ, ਨਾਮ ਸੱਚ ਨਾਮ ਵੱਲ ਤੁਰੇ ਹੀ, ਸੱਚੀ ਗੁਰਬਾਣੀ ਵੱਲ ਨਹੀਂ ਤੁਰਿਆ। ਸਚਿਆਰ ਸਿੱਖ ਬੈਠੇ ਸਭ ਗੁਰਬਾਣੀ, ਅਸੀਂ ਸਰੀਰ ਕਰਕੇ ਜ਼ਰੂਰ ਬੈਠੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਰਦੇ ਕੋਲ ਕਦੋਂ ਬੈਠਾਂਗੇ? ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਕਦੋਂ ਬੈਠਾਂਗੇ? ਅਸੀਂ ਉਸ ਦਿਨ ਬੈਠਾਂਗੇ ਜਦੋਂ ਸਾਡਾ ਹਿਰਦਾ ਸੱਚ ਵੱਲ ਨੂੰ ਤੁਰ ਪਏਗਾ। ਆਪਣੇ ਆਪ ਨੂੰ ਵੀ ਤੁਹਾਨੂੰ ਵੀ ਸਾਰਿਆਂ ਦੇ ਹਿਰਦਿਆਂ ਨੂੰ ਕਿ ਇਹ ਮਨਾ ਵਾਹਿਗੁਰੂ ਨੂੰ ਸੁਣ, ਬਾਣੀ ਨੂੰ ਸੁਣ, ਬੇਧਿਆਨਾ ਨਾ ਹੋ, ਬੇਧਿਆਨਾ ਹੋ ਕੇ ਕੋਈ ਵੀ ਕੰਮ ਤੂੰ ਕਰ ਲੈ ਤੂੰ ਸਕਸੈਸ ਨਹੀਂ ਹੁੰਦੀ। ਕੋਈ ਵੀ ਕੰਮ ਤੂੰ ਦੁਨੀਆਂ ਦਾ ਬੇਧਿਆਨਾ ਹੋ ਕੇ ਕਰ ਲੈ ਤੂੰ ਸਕਸੈਸ ਨਹੀਂ ਹੋ ਸਕਦਾ। ਪਤਾ ਨਹੀਂ ਕਿਉਂ ਆਪਾਂ ਬਾਣੀ ਗਲਤੀ ਵਾਲੀ ਬੇਧਿਆਨੇ ਹੁੰਦੇ ਹਾਂ, ਇੱਥੇ ਕਿਉਂ ਨਹੀਂ ਕੋਸ਼ਿਸ਼ ਕਰਦੇ ਕਿ ਬਈ ਇੱਥੇ ਵੀ ਅਸੀਂ ਅਸਫਲ ਹਾਂ, ਇਸੇ ਲਈ ਅਸਫਲ ਹਾਂ ਕਿ ਅਸੀਂ ਬੇਧਿਆਨੇ ਹਾਂ, ਧਿਆਨ ਨਹੀਂ ਕਰਦੇ। ਅੱਖਾਂ ਖੋਲਦੇ ਹਾਂ, ਇੱਧਰ ਉੱਧਰ ਵੇਖਦੇ ਹਾਂ, ਸੰਸਾਰ ਨੂੰ ਹੀ ਵੇਖਦੇ ਹਾਂ। ਉਹ ਕਹਿੰਦਾ ਭਲਿਆ ਲੋਕਾ ਗੁਰਦੁਆਰੇ ਆਇਆ, ਹੁਣ ਤੇ ਧਿਆਨ ਨਾਲ ਬਾਣੀ ਸੁਣਦਾ, ਸੰਸਾਰ ਭੋਗ ਕੇ ਆਇਆ ਸਾਰਾ ਦਿਨ, ਇੱਥੇ ਤੇ ਨਿਰੰਕਾਰ ਨੂੰ ਵੇਖ ਲੈ, ਇੱਥੇ ਤੇ ਨਿਰੰਕਾਰ ਬਾਣੀ ਸੁਣ ਲੈ, ਇੱਥੇ ਕਿਉਂ ਅਵੇਸਲਾ, ਇੱਥੇ ਕਿਉਂ ਤੂੰ ਅਵੇਸਲ ਹੈ, ਇੱਥੇ ਕਿਉਂ ਤੇਰਾ ਧਿਆਨ ਜਾਂਦਾ ਵੀ ਮੈਂ ਜਾਣਾ ਹੈ ਕਿਧਰੇ, ਮੇਰਾ ਕੰਮ ਹੈ ਜ਼ਰੂਰੀ, ਹੋਰ ਜਲਦੀ ਹੋਵੇ, ਮੈਂ ਜਲਦੀ ਜਲਦੀ ਭੱਜਾਂ,
ਇਹ ਕਿਉਂ ਨਹੀਂ ਸੋਚਦਾ ਇੱਥੋਂ ਤੇ ਜਮਦੂਤ ਦੀ ਮਾਰ ਮੁੱਕਦੀ ਹੈ, ਇੱਥੋਂ ਤੇ ਹਿਰਦੇ ਵਿੱਚ ਸੱਚ ਵਸੇਗਾ ਤੇ ਸੁੱਖ ਮਿਲੇਗਾ, ਦੁੱਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਇੰਨਾ ਵੱਡਾ ਪ੍ਰੋਫਿਟ ਤੇ ਤੂੰ ਦੇ ਧਿਆਨ ਜਗਨ ਗੁਰੂ ਜੀ, ਤੇਰੇ ਅੰਦਰ ਕਾਂ ਦੀ ਅੱਗ ਜਲਦੀ ਹੋਈ ਹੈ, ਲੋਭ ਦੀ ਅੱਗ ਜਲਦੀ ਹੈ, ਮੋਹ ਦੀ ਅੱਗ ਜਲਦੀ ਹੈ, ਅਹੰਕਾਰ ਦੀ ਅੱਗ ਬਲਦੀ ਪਈ ਹੈ, ਤੇ ਇਹ ਬੁਝੇਗੀ ਕਿ ਨਾ? ਜਗਨ ਗੁਰੂ ਜੀ ਸ਼ੀਤਲ ਹੋਏ ਮਨ, ਸਤਿਗੁਰ ਦਾ ਦਰਸ਼ਨ ਪਾਏ ਜੀ, ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣ ਸੁਣ ਹੋ ਗਏ, ਸੁਣਨਾ ਪਏਗਾ ਆ, ਤੇ ਵੇਖਿਆ ਨਿਆ ਹੋ ਗਿਆ, ਸੁਣਿਆ ਤੇ ਗੜ ਜਾਏਗਾ, ਸੁਣ ਸੁਣ ਹੋ ਗਏ। ਮੈਂ ਇਹ ਦੋ ਤੁਕਾਂ ਫਿਰ ਦੁਬਾਰਾ ਗਾਵਾਂਗਾ ਤੇ ਮੈਨੂੰ ਉਮੀਦ ਹੈ ਤੁਸੀਂ ਚੌਂਕੜੀ ਮਾਰ ਕੇ ਅਸੀਂ ਅੱਖਾਂ ਬੰਦ ਕਰਾਂਗੇ, ਜੀਵਾਂ ਨਾਲ ਬੋਲਾਂਗੇ, ਕੰਨਾਂ ਨਾਲ ਸੁਣਾਂਗੇ। ਸੱਚਿਆ ਸੱਚ ਗੱਲ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਇੱਕ ਅੱਖਰ ਸੱਚ ਹੈ, ਸਤਿਗੁਰ ਦੀ ਬਾਣੀ ਸਾਤ ਸਾਤ ਕਰ ਜਾਣੋ, ਗੁਰਸਿੱਖੋ ਹਰ ਕਰਤਾ ਆਪ ਨੂੰ ਆਪ ਬੋਲਦਾ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ। ਪਰ ਇੱਕ ਗੱਲ ਚਿੰਤਾ ਕਰਨ ਦੀ ਲੋੜ ਨਹੀਂ ਕਿ ਉਹਨਾਂ ਡੇਰਿਆਂ 'ਤੇ ਬਹੁਤ ਭੀੜ ਹੈ, ਭੀੜ ਅਕਸਰ ਭੇਡਾਂ ਦੇ ਕੋਲ ਹੀ ਹੁੰਦੀ ਹੈ, ਸ਼ੇਰ ਤੇ ਕੋਈ ਕੋਈ ਲੱਗਦਾ, ਸੱਚ ਨੂੰ ਮੰਨਣ ਵਾਲੇ ਕਲਯੁਗ ਵਿੱਚ ਘੱਟ ਹੀ ਹੋਣਗੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਬੱਚਿਆਂ ਦੀ ਗੇਮ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਨਜ਼ਰ ਕਰੇ ਤਾਂ ਹੀ ਕੋਈ ਚੇਲਾ ਬਣ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦਾ। ਭੇਡਾਂ ਕੋਲ ਤੇ ਕੋਈ ਵੀ ਪੈਸੇ ਲੈ ਕੇ ਤੁਰ ਜਾਏ ਚੇਲਾ ਬਣਾ ਲੈਣੀਆਂ, ਇੱਥੇ ਉਹ ਕਹਿੰਦਾ ਸੁਰਤ ਲੈ ਕੇ ਆ, ਸਤਿਗੁਰ ਆ ਕੇ ਸੀਸ ਭੇਟ ਦੇਣ, ਜੇ ਸਤਿਗੁਰ ਸੱਚ ਹੈ ਤੇ ਚੰਗਾ ਲੱਗੇਗਾ ਤੇ ਬਣਾ ਲੈਣਗੇ, ਨਹੀਂ ਚੰਗਾ ਲੱਗੇਗਾ ਤੇ ਨਹੀਂ ਬਣਾਉਂਦੇ। ਮੋਜੀ ਹੈ ਨਾ, ਚੋਜੀ ਹੈ, ਜਿਹੜਾ ਵੀ ਸੱਚਾ ਹੋਏਗਾ ਨਾ, ਜਿਹੜਾ ਬੇਮੋਹਤਾਜ ਹੋਏਗਾ ਉਹ ਆਪਣੀ ਮੌਜ ਦਾ ਮਾਲਕ ਹੋਏਗਾ, ਉਹਨੂੰ ਕੋਈ ਖਰੀਦ ਨਹੀਂ ਸਕਦਾ, ਉਹਨੂੰ ਕੋਈ ਸਾੜ ਨਹੀਂ ਸਕਦਾ, ਉਹਨੂੰ ਕੋਈ ਜਲਾ ਨਹੀਂ ਸਕਦਾ, ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ, ਉਹ ਬੇਪਰਵਾਹ ਹੈ। ਗੁਰੂ ਕਾ ਬਚਨ ਵਸੈ ਜੀ ਨਾਲ ਹੈ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਕੈ ਜਲ ਹੈ। ਗੁਰੂ ਗ੍ਰੰਥ ਸਾਹਿਬ ਐਸੇ ਗੁਰੂ ਨੇ, ਬਚਨ ਰੂਪ ਨੇ, ਗੁਰ ਕਾ ਸ਼ਬਦ ਰੂਪ ਨੇ, ਸ਼ਬਦ ਗੁਰੂ ਸੁਰਤ ਗੁਰੂ ਨੇ, ਚੇਲਾ ਇਹ ਜਿਹਦੇ ਤੇ ਤੁਟ ਪੈਣ ਉਹਦੀ ਸੁਰਤ ਵਿੱਚ ਸੱਚ ਨਾ ਰੱਖ ਦਿੰਦੇ, ਤੇ ਜਿੱਥੇ ਸੱਚ ਰੱਖਿਆ ਹੋਵੇ ਜਿੱਥੇ ਸੱਚ ਰੱਖਿਆ ਹੋਵੇ ਨਾ ਉੱਥੇ ਮੌਤ ਨਹੀਂ ਹੈ। ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੁਣੀ, ਸਾਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਸੱਚ ਦੀ ਸੰਭਾਲ ਕਰ, ਆਓ ਸਾਰੇ ਗਾ ਕੇ ਤੇ ਕੋਸ਼ਿਸ਼ ਕਰੀਏ ਅਸੀਂ ਸਾਰੇ ਇੱਕ ਸ਼ਬਦ ਰੋਜ਼ ਦਾ ਪੜ੍ਹੋ, ਭਾਵੇਂ ਆਪਣੇ ਨੇਮ ਤੋਂ ਹੋਵਾ, ਨਿਤ ਨੇਮ ਤੋਂ ਹੋਵਾ, ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹੀਏ, ਦੋ ਸ਼ਬਦ ਪੜ੍ਹੀਏ, ਅਰਥ ਸਨੇਤ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ ਬੇਧਿਆਨੇ ਹੋ ਕੇ ਹੋਈ ਧਿਆਨ ਵਿੱਚ ਰੱਖ ਕੇ ਪੜ੍ਹੀਏ, ਜਿਉਂ ਜਿਉਂ ਬਾਣੀ ਅੰਦਰ ਜਾਏਗੀ ਕਲਾ ਵਰਤੇਗੀ, ਵਰਤੇਗੀ, ਨਹੀਂ ਰਹਿ ਸਕਦਾ ਅਧੂਰਾ ਜਿਹਦੇ ਅੰਦਰ ਬਾਣੀ ਜਾ ਰਹੀ ਹੈ। ਭੋਜਨ ਛਕਦਾ ਹੋਵੇ ਕਿ ਭੁੱਖਾ, ਐਸਾ ਨਹੀਂ ਹੋ ਸਕਦਾ, ਜੇ ਭੁੱਖਾ ਇਹਦਾ ਮਤਲਬ ਤੂੰ ਭੋਜਨ ਚੱਕਿਆ ਗਿਆ ਸੱਚਿਆ। ਸੱਚੀ ਗੱਲ ਜੇ ਮੈਂ ਦੇਖਿਆ ਪ੍ਰੈਕਟੀਕਲ ਵਿੱਚ ਹੈ, ਕਈਆਂ ਦੀ ਸੁਰਤ ਚਲੀ ਜਾਂਦੀ ਹੈ, ਇਹ ਬਜ਼ੁਰਗ ਨੂੰ ਦੇਖਿਆ ਉਹਦੀ ਸੁਰਤ ਚਲੀ ਗਈ ਸੀ, ਉਹ ਪ੍ਰਸ਼ਾਦਾ ਛੱਕ ਕੇ ਭੁੱਲ ਜਾਂਦਾ ਸੀ, ਕਹਿੰਦਾ ਮੈਂ ਪ੍ਰਸ਼ਾਦਾ ਨਹੀਂ ਛੱਕਦਾ, ਉਹ ਫਿਰ ਛੱਕ ਜਾਂਦਾ ਸੀ, ਫਿਰ 10 ਮਿੰਟ ਬਾਅਦ ਭੁੱਲ ਜਾਂਦਾ ਸੀ ਮੈਂ ਤਾਂ ਪ੍ਰਸ਼ਾਦਾ ਨਹੀਂ ਛੱਕਿਆ। ਬੇਧਿਆਨੀ ਖਾਧੀ ਰੋਟੀ ਵੀ ਸਾਨੂੰ ਦੁਬਾਰਾ ਖਾਣ ਨੂੰ ਮਜਬੂਰ ਕਰਦੀ, ਬੇਧਿਆਨਾ ਕੰਮ ਬੜਾ ਆਲਸੀ ਬੰਦੇ ਦਾ ਕੰਮ ਹੈ ਬੇਧਿਆਨ, ਤੇ ਬੇਧਿਆਨਾ ਕੰਮ ਕਦੀ ਵੀ ਸਕਸੈਸ ਨਹੀਂ ਹੁੰਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਾਂਗੇ ਨਾ, ਇਹ ਗੁਰਦੁਆਰਾ ਕੀ ਹੈ, ਅਸੀਂ ਅਕਸਰ ਬਹੁਤ ਕੀਰਤਨ ਦਰਬਾਰਾਂ 'ਚ ਦੇਖਿਆ, ਬਹੁਤ ਕੀਰਤਨ ਹੁੰਦੇ ਵੇਖੇ ਨੇ, ਪਰ ਬੇਧਿਆਨੇ ਹੋ ਕੇ ਦੇਖੇ ਨੇ, ਤਾਂ ਹੀ ਅਸੀਂ ਕੁਛ ਵੀ ਨਹੀਂ ਲੈ ਪਾਏ।
ਜਦੋਂ ਹੀ ਧਿਆਨ ਵਿੱਚ ਜਾਏਗੀ ਬਾਣੀ ਆਪਣੀ ਕਲਾ ਵਰਤਾਏਗੀ। ਧੁਨ ਮੈਂ ਧਿਆਨ ਆਖੋ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਆਖੋ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਜਿਹੜੀ ਅਕਾਲ ਪੁਰਖ ਦੀ ਅਕਥ ਕਹਾਣੀ ਹੈ ਨਾ, ਉਹਦਾ ਪਿਆਰ ਵੀ ਮੈਨੂੰ ਮਿਲਣ ਲੱਗ ਪਿਆ, ਉਸ ਅਕਥ ਕਹਾਣੀ ਦਾ ਵੀ ਰਸ ਮੈਂ ਲੈਣ ਲੱਗ ਪਿਆ। ਰਾਇਸਾ ਪਿਆਰੇ ਦਾ ਰਾਇਸਾ ਸਟੋਰੀ, ਪਿਆਰੇ ਦੀ ਸਟੋਰੀ, ਰਾਇਸਾ ਪਿਆਰੇ ਕਰ ਰਾਇਸਾ ਜਿੱਤ ਸਦਾ ਸੁੱਖ ਹੋਵੇ, ਐਸੀ ਖੇਡ ਪ੍ਰੇਮ ਦੀ ਕਹਾਣੀ ਮੈਨੂੰ ਸਮਝ ਆਉਣ ਲੱਗ ਪਈ, ਜਿਹਦੇ ਨਾਲ ਸੁੱਖ ਮਿਲਦਾ। ਕਿਹਦਾ? ਸੁਣਨ ਨਾਲ। ਸੁਣਨਾ ਬਹੁਤ ਵੱਡੀ ਪੜਤ ਹੈ। ਜਲਨ ਸ਼ੀਤਲ ਹੋਏ ਮਨੋ, ਜਲਨ ਬੁਝੀ ਸ਼ੀਤਲ ਹੋਏ ਮਨੋ, ਸਤਿਗੁਰ ਕਾ ਦਰਸ਼ਨ ਅੰਮ੍ਰਿਤ ਬਾਣੀ। ਸਤਿਗੁਰ ਕਾ ਦਰਸ਼ਨ।